सत श्री अकाल दोस्तों, स्वागत है साडा अपने चैनल पर। अज आप पहुंचे सी तोंग वाली मंडी, तो बाबे नूं तुसीं अक्सर वीडियो दे विच देखदे रहिंदे हो। टॉप क्वालिटी दीआं बकरियां हुंदियां, सस्ते भाव वालियां भी हुंदियां, महंगे भाव वालियां। जिहो जी बकरी लैणी उहो जी बकरी मिलदी है बाबे दे कोलों। अज बाबा किहड़ियां बकरियां लै के आ दिखाउणे आ तुहानूं चंगी क्वालिटी दे विच। आ दिखाई बाबा किहड़ियां किहड़ियां, करो चैक क्वालिटी। जिहड़े भरा ने नवा फार्म शुरू करना, तुसीं इस तरह दीआं चंगी क्वालिटी दीआं बकरियां खरीद के तुसीं फार्म शुरू कर सकदे हो। लै देख भरे, नवीं आ ਭਲੂਣ ਸੂਗੀ, ਪਹਿਲਾ ਸੂਆ ਪੱਠ ਸੁਣੀ ਆ, ਨਵੀਂ ਪੱਠ ਆ। ਕੰਨਾ ਕੁੰਨਾ ਦੀ ਕੁਆਲਿਟੀ, ਸਿੰਗਾਂ ਦੀ, ਨੱਕ ਨਕੌੜਾ, ਆਹ ਚੀਜ਼ ਦੇਖਣੀ ਹੁੰਦੀ ਆ। 6 ਦੰਦ ਆ ਹਜੇ, ਪੱਠ ਚੰਗੀ ਆ, 6 ਦੰਦ ਆ, ਬਹੁਤ ਸੋਹਣੀ ਪੱਠ ਆ, ਭਲੂਣ ਸੁਣਦੀ ਆ ਵੀਰੇ। ਤੇ ਕੈ ਦਿਨ ਰਹਿ ਗਏ ਬਾਬਾ ਇਹਦੇ? ਇਹਦਾ ਰਹਿੰਦਾ ਵੀਰੇ ਡੇਢ ਕੁ ਮਹੀਨਾ, ਡੇਢ ਮਹੀਨਾ ਸੁਣ ਚ ਰਹਿੰਦਾ। ਵਧੀਆ ਟਾਈਮ ਤੇ ਸੂਗੀ, ਐਨ ਹਾੜੀ ਹੂੜੀ ਤੇ ਹਾਂ ਦਿਨਾਂ ਜਾ ਕੇ ਚੈੱਕ ਕਰ ਸਕਦੇ ਹੋ। ਬਹੁਤ ਚੰਗੀ ਕੁਆਲਿਟੀ ਆ। ਹੋਰ ਕਿਹੜੀ ਬਾਬਾ? ਇੱਕ ਆ ਲਿਆ ਬਾਬੇ ਬੱਚੇ ਵਾਲੀ ਫੜ ਕੇ, ਆਹ ਵੇਖੋ ਜੀ, ਦੇਖੋ ਜੀ ਪਿਓਰ ਮੱਖੀ ਚੀਨੀ ਕਲਰ ਦੇ ਵਿੱਚ ਵੱਜਦੀ ਆ ਇਹ। ਹਾਂ, 6 ਦੰਦ ਦੀ ਕੁਆਲਿਟੀ ਵੇਖ ਲਓ, 6 ਦੰਦ ਇਹ ਆ ਪੱਠ ਜੇ। ਇਹ ਦੂਜਾ ਸੂ ਵੀ, ਇਹ ਦੂਜਾ ਸੁਣਾ। ਹਾਂ ਵੀਰੇ, ਠੀਕ ਆ, ਕਰੋ ਚੈੱਕ। ਬੀਟਲ ਦੀ ਦੋਸਤ ਕੁਆਲਿਟੀ ਇਹ ਆ ਵੀ ਨੱਕ ਸਿੰਗ ਪਛਾਣੂ, ਸਿੰਗੀ ਤੇ ਕੰਨ ਲੰਬੇ, ਲਮੇਟ ਹੋਣਾ ਚਾਹੀਦਾ ਤੇ ਕੱਦ ਹੋਣਾ ਚਾਹੀਦਾ ਤੇ ਪੂਛ ਹੋਣੀ ਚਾਹੀਦੀ ਸਿੱਧੀ। ਆਹੀ ਕੁਆਲਿਟੀ ਆ ਚੰਗੀ। ਜੇ ਤੂੰ ਘਰੇ ਕਿਸੇ ਬਾਈ ਨੇ ਫਾਰਮ ਕਰਨਾ ਤਾਂ ਇਸ ਤਰ੍ਹਾਂ ਦੀਆਂ ਬੱਕਰੀਆਂ, ਬਾਹਲਾ ਨਹੀਂ ਜਿੰਨੇ ਕੁ ਗੁੰਜਾਇਸ਼ ਆ, 5 ਤੋਂ 10 ਬੱਕਰੀਆਂ ਤੋਂ ਵੱਧ ਮੰਨ ਲਓ ਵੀ ਆਪਾਂ ਨਹੀਂ ਕਰ ਸਕਦੇ, ਕਿਉਂਕਿ 10 ਬੱਕਰੀਆਂ ਰੱਖ ਕੇ ਤੁਸੀਂ ਕੰਮ ਸ਼ੁਰੂ ਕਰ ਸਕਦੇ ਆ ਤੇ ਵਧੀਆ ਕੰਮ ਚੱਲ ਸਕਦਾ ਇਸ ਤਰ੍ਹਾਂ ਦੀਆਂ ਬੱਕਰੀਆਂ ਲੈ ਕੇ। ਹੋਰ ਕਿਹੜੀ ਬਾਬਾ? ਆਹ ਦੇਖੋ ਜੀ, ਭਰੂਣ ਸੂਈ ਆ, 6 ਦੰਦੇ ਆ, ਇਹ ਸੂਈ ਵੀ ਆ। ਹਾਂ ਵੀਰੇ, ਜਾਣ ਦੀ ਲਿੱਸੀ ਜ਼ਰੂਰ ਆ, ਦੁੱਧ ਵਾਲੀ ਬੱਕਰੀ ਹੋਊਗੀ ਉਹ ਜਾਣ ਦੀ ਲਿੱਸੀ ਹੋਊਗੀ। ਹਾਂ, ਸੂ ਕੇ ਵੀ ਬਾਕੀ ਪਸ਼ੂ ਲਿੱਸੀ। ਹਾਂ, ਸੂ ਕੇ ਅਜੇ ਤਾਜ਼ੀ, 3-4 ਦਿਨਾਂ ਦੀ ਸੂਈ ਆ, ਬੱਚਾ ਚੰਗਾ ਆ। ਕਿਹ ਦੰਦ? 6 ਦੰਦ ਆ ਵੀਰੇ, 4 ਦੰਦ ਹੀ ਆ, 4 ਦੰਦ ਭਲੂਣ ਸੂਈ ਆ ਵੀਰੇ, ਭਲੂਣ ਸੂਈ ਵੀ ਆ ਦੋਸਤੋ। ਦੇਖ ਸਕਦੇ ਹੋ ਬੱਚੇ ਕਿੰਨੇ ਆ? ਇੱਕ ਆ ਵੀਰੇ, 2 ਦਿੱਤੇ, 1 ਮਰ ਗਿਆ, 1 ਬੱਚਾ। ਠੀਕ ਆ, ਲੈ ਵੀ ਥਣ ਚੱਡਾ ਦੇਖ ਵੀਰੇ, ਭਲੂਣ ਪੱਠ ਦਾ ਉਹੀ ਨਿਕਲਦਾ ਇੰਨਾ। ਭਲੂਣ ਪੱਠ ਦਾ ਚੱਡਾ ਦੇਖ ਲਓ ਵੀ, ਦੁੱਧ ਵਾਲੀ ਬੱਕਰੀ ਆ, ਦੁੱਧ 1 ਬੱਚਾ, ਬੱਚਾ ਵੀ ਚੰਗਾ ਵੀਰੇ, ਬਹੁਤ ਚੰਗੀ ਨਸਲ ਹੁੰਦੀ ਆ ਬਾਬੇ ਕੋਲੇ। ਇੱਕ ਆਇਆ ਵੀਰੇ ਗੱਪਣ, ਭੂਰੇ ਕਲਰ ਚ, ਇਹ ਕਿਹ ਦਿਨ ਲਊਗੀ? ਇਹ ਲੈ ਲੂ ਵੀਰੇ 25 ਦਿਨ, 25 ਦਿਨ ਲੈ ਜੂ ਹਣਾ। ਹਾਂ, ਇਹ ਦੂਜਾ ਸੁਣਦੀ ਆ ਜੀ, 6 ਦੰਦ ਆ। ਸੁਣਾ ਦੋਸਤੋ, ਕੁਆਲਿਟੀ ਚੈੱਕ ਕਰ ਲਓ, ਬਹੁਤ ਚੰਗੀ ਕੁਆਲਿਟੀ ਦੇ ਵਿੱਚ ਆ ਬੱਕਰੀ। ਤੇ ਚੰਗੀ ਕੁਆਲਿਟੀ ਮੰਨ ਲਓ ਵੀ ਜੇ ਤੁਸੀਂ 20-25 ਹਜ਼ਾਰ ਲਾਉਣਾ ਉਹੋ ਜਿਹੀ ਮਿਲ ਜੂਗੀ, 50 ਹਜ਼ਾਰ ਲਾਉਣਾ ਉਹੋ ਜਿਹੀ ਬੱਕਰੀ ਮਿਲ ਜੂਗੀ, 1 ਲੱਖ ਰੁਪਇਆ ਲਾਉਣਾ ਉਹੋ ਜਿਹੀ ਬੱਕਰੀ ਮਿਲ ਜੂਗੀ। ਹਾਂ, ਛੱਡਦੇ ਤੂੰ ਛੱਡਦੇ। ਹਾਂ, ਜਿੰਨਾ ਮੰਨ ਲਓ ਆਪਾਂ ਪੰਜਾਬੀ 'ਚ ਕਹਿ ਦਿੰਦੇ ਮਿੱਠਾ ਪਾਵਾਂਗੇ, ਉਹਨਾਂ ਕੁ ਸਵਾਦ ਆਊਗਾ। ਬੱਚੇ ਵੀ ਐਂ ਸਿਰੇ ਦੇਣੇ ਵੀਰੇ, ਬੱਚੇ ਕੱਟ ਕੇ ਦਿਖਾਈ। ਗਰੰਟੀ ਵਾਲੀਆਂ ਬੱਕਰੀਆਂ ਮਿਲਣਗੀਆਂ, ਇਹ ਨਹੀਂ ਵੀ ਕਹਿ ਕੁਛ ਹੋਰ ਦਿੱਤਾ ਤੇ ਨਿਕਲਿਆ ਕੁਛ ਹੋਰ। ਹਾਂ, ਜਿਹੜੀ ਚੀਜ਼ ਮਿਲੂਗੀ ਮਿਲੂਗੀ ਗਰੰਟੀ ਵਾਲੀ। ਆਹੋ, ਇਹ ਮੁੱਲ ਦੀਆਂ ਬੱਕਰੀਆਂ ਵੀਰੇ, ਗੱਬਣ ਕਹਿਤਾ ਤੇ ਜਾ ਕੇ ਖਾਲੀ ਨਿਕਲ ਜੂ, ਜਿਹੜੀ ਖਾਲੀ ਆ ਉਹਨੂੰ ਖਾਲੀ ਕਿਹਾ ਜਾਊਗਾ। ਆ ਪੱਟ ਕੇ ਹੌਲੇ ਮੁੱਲ ਦੀਆਂ ਨੇ ਵੀਰੇ, ਭਲੂਣ ਸੂਈ ਇਹ ਵੀ, ਆ ਜਿਹਨੇ ਥੋੜੇ ਘੱਟ ਪੈਸੇ ਲਾਉਣੇ ਆ। ਹਾਂ ਵੀਰੇ, ਇਸ ਤਰ੍ਹਾਂ ਦੀਆਂ ਬੱਕਰੀਆਂ ਮਿਲ ਜਾਣਗੀਆਂ। ਕੰਨਾ ਕੁੰਨਾ ਦੀ ਕੁਆਲਿਟੀ ਓਡੀ ਆ, ਬੱਚਾ ਨਾਲ ਹੀ ਆ ਵੀਰੇ। ਕਈ ਵਾਰੀ ਬੰਦੇ ਨੂੰ ਹੁੰਦਾ ਵੀ ਗੁੰਜਾਇਸ਼ ਨਹੀਂ ਹੁੰਦੀ, ਥੋੜੇ ਪੈਸੇ ਲਾਉਣੇ ਆ, ਉਹੋ ਜਿਹੀ ਬੱਕਰੀ ਵੀ ਮਿਲ ਜੂਗੀ। ਹੈ ਤਾਂ ਬੀਟਲ ਜੀ ਨੇ ਵੀਰੇ, ਮਤਲਬ ਕਿ ਬੰਦੇ ਛੋਟੀਆਂ ਭਰਾ ਆਉਂਦੇ ਨੇ ਉਹ ਚੀਜ਼ ਆ। ਹਾਂ, ਉਹ ਜੋ ਇੱਕ ਦੋਸਤ, ਇਹ ਵੀ ਬਹੁਤ ਵੱਡੀ ਗੱਲ ਆ ਕਿ ਜਿਹੜੀ ਆਪਾਂ ਪੱਠਾਂ ਕ੍ਰੋਸ ਕਰਾਉਣੇ ਆ, ਘੱਟੋ ਘੱਟ ਵੀ 2 ਸਾਲ ਚਾਲੀ ਕਿ 4 ਦੰਦ ਹੋ ਗਏ, 4 ਦੰਦ ਤੋਂ ਬਾਅਦ ਕ੍ਰੋਸ ਕਰਾਓ, 4 ਦੰਦ ਤੋਂ ਬਾਅਦ ਕ੍ਰੋਸ ਕਰਾਓ, ਫਿਰ ਉਹਦਾ ਜਿਹੜਾ ਕੱਦ ਆ ਵਧੀਆ, ਜਿੰਨਾ ਉਹਨੇ ਕੱਦ ਕਰਨਾ ਉਹਨਾਂ ਕਰ ਜੂਗੀ, ਉਸ ਤੋਂ ਬਾਅਦ ਜਿਹੜਾ ਕੱਦ ਕਰਨਾ ਬਾਅਦ 'ਚ ਕਰੀ ਜਾਣਾ ਉਹਨੇ। 4 ਦੰਦ ਤੋਂ ਘੱਟ ਹੈ ਜਿਹੜੀ ਪੱਠ ਕ੍ਰੋਸ ਨਾ ਕਰਾਇਆ ਕਰੋ, ਜੇ ਚੰਗੀ ਕੁਆਲਿਟੀ ਚੰਗੀ ਨਸਲ ਤਿਆਰ ਕਰਨੀ ਆ। ਅਤੇ ਆਹ ਛੋਟੀਆਂ ਪੱਠਾਂ ਜਿਹੜੀਆਂ ਆਪਾਂ ਕ੍ਰੋਸ ਕਰਾ ਦਿੰਦੇ ਹਾਂ ਨਾ, ਤਾਂ ਉਹਨਾਂ ਦਾ ਕੱਦ ਰੁਕ ਜਾਂਦਾ, ਫਿਰ ਇੰਨੀਆਂ ਕਰਿਆ ਜਾਂਦੀਆਂ। ਇਹਦਾ ਬੱਚਾ ਵੇਟ ਕਰਿਆ ਕਰੋ, ਸਬਰ ਕਰਿਆ ਕਰੋ, 4 ਦੰਦ ਜਦੋਂ ਪੱਠ ਹੋਵੇ ਘੱਟੋ ਘੱਟ 2 ਸਾਲ ਦੀ, ਉਦੋਂ ਕ੍ਰੋਸ ਕਰਾਇਆ ਕਰੋ। ਹੋਰ ਬਾਬਾ ਨੰਬਰ ਬੋਲਦੇ ਆ ਉਹਦਾ, ਨੰਬਰ 9953-53-006। ਠੀਕ ਆ, ਦੇਖੋ ਜੀ ਬੱਚੇ ਕੈਸੇ ਨੇ ਬੱਕਰੀਆਂ ਮਗਰ, ਆਹ ਦੇਖ ਸਕਦੇ ਹੋ ਤੁਸੀਂ, ਇਹ ਉਹ ਬੱਕਰੀ ਦਾ ਜੀ, ਉਹ ਪਰਲੀ ਦਾ, ਹਾਂ ਚਿੱਟਾ ਜਿਹਾ ਇਹਦਾ, ਹੌਲੀ ਹੌਲੀ ਧਿਆਨ, ਉਹਨਾਂ ਲਿਆ ਚੱਕ ਕੇ, ਚਿੱਟਾ ਬੱਚਾ ਉਹਨਾਂ ਲਿਆ। ਆਹ ਦੇਖ ਸਕਦੇ ਹੋ ਬੱਚਾ, ਤੂੰ ਬੱਚਾ ਇਹ ਵੀ ਦਿਖਾ ਦੇ, ਆਹ ਵੀ ਦਿਖਾ ਦੇ, ਆਹ ਬੱਚਾ ਇਹ ਕੁਆਲਿਟੀ ਦੇ ਵਿੱਚ ਆ। ਆਹ ਬੱਚਾ ਕਿਹੜੇ ਦਾ? ਉਹ ਖੜੀ ਆਪਣਾ, ਉਹ ਲਾਲ ਦਾ,
ਠੀਕ ਆ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਆ ਜੇ ਚੰਗਾ ਭੋਗ ਛੱਡਾਂਗੇ ਤਾਂ ਚੰਗੀ ਕੁਆਲਿਟੀ ਆ ਬੱਚਾ ਇਹਦਾ ਵੀਰੇ ਆਹ ਬੱਚਾ ਇਹਦਾ ਚੈੱਕ ਕਰ ਲਓ ਬੱਕਰੀ ਲਿੱਸੀ ਆ ਜਦੋਂ ਦਾਣਾ ਦੁਣਾ ਪਾਇਆ ਬੱਕਰੀ ਨੇ ਉੱਥੇ ਅਰੇ 4 ਦਿਨ ਹੋਏ ਨੇ ਸੂਈ ਨੂੰ ਵੀਰੇ ਬੱਚੇ 2 ਸੀ ਇੱਕ ਮਰ ਗਿਆ ਲਿੱਸੀ ਨੂੰ ਰਾਜੀ ਕਰ ਲਾਂਗੇ ਮਾਰਸ਼ ਮਾਰ ਨਹੀਂ ਹੋਣੀ ਚਾਹੀਦੀ ਹਾਂ ਬੱਕਰੀ ਚੰਗੀ ਆ ਕੋਈ ਕੁੱਤੇ ਦੀ ਕਥਾ ਨਹੀਂ ਹੈਗੀ ਬਾਕੀ ਨੰਬਰ ਬਾਬੇ ਨੇ ਬੋਲਤਾ ਜਿਹੋ ਜਿਹੀ ਵੀ ਬੱਕਰੀ ਲੈਣੀ ਆ ਤੁਸੀਂ ਸੰਪਰਕ ਕਰਕੇ ਬਾਬੇ ਤੋਂ ਬੱਕਰੀ ਖਰੀਦ ਸਕਦੇ ਹੋ ਜੇ ਕੋਈ ਬਾਹਰ ਭਰਾ ਬੈਠਾ ਮੰਨ ਲਓ ਕਿਸੇ ਨੇ ਕੋਈ 5-7-10 ਮੰਗਾਉਣੀਆਂ ਤਾਂ ਉਹ ਵੀ ਪਹੁੰਚਦੀ ਕਰ ਦੇਣਗੇ ਅਤੇ ਨੰਬਰ ਬਾਬਾ ਦੁਬਾਰੇ ਫਿਰ ਬੋਲਦੇ 9923-53-006 9923-53-006 ਇਸ ਨੰਬਰ 'ਤੇ ਸੰਪਰਕ ਕਰ ਲਿਓ ਜਿਹੜੇ ਭਰਾ ਨੇ ਬੱਕਰੀਆਂ ਖਰੀਦਣੀਆਂ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਏ ਹੋਏ ਮੰਡੀ ਤੌਂਗਾ ਦੀ ਅਤੇ ਅੰਕਲ ਲੈ ਕੇ ਆਇਆ ਜਾਨਵਰ ਤੁਹਾਨੂੰ ਵਿਖਾਉਣੇ ਸਾਰੇ ਜਾਨਵਰ 10,000 ਤੋਂ ਲੈ ਕੇ 50,000 ਤੱਕ ਬੱਕਰੀ ਹੈਗੀ ਅੰਕਲ ਕੋਲ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਆਪਣਾ ਕ੍ਰਿਸ਼ਨ ਸਿੰਘ ਜੀ ਕਿਹੜਾ ਪਿੰਡ ਆ ਛੱਤਿਆਣਾ ਕਿੰਨੇ ਜਾਨਵਰ ਲੈ ਕੇ ਆਏਗੇ ਅੱਜ ਆਪਾਂ 12 ਨਾਗ ਆ ਜੀ ਵੱਡੇ ਦਿਖਾਇਓ ਫਿਰ ਨਾਗ ਆਪਣੇ ਇੱਥੇ ਲੱਗ ਜੂ ਜੀ ਆਹ ਪਹਿਲੀ ਬੱਕਰੀ ਹਾਂਜੀ ਗੱਬਣਾ ਜੀ ਕਿੰਨੇ ਟਾਈਮ ਦੀ 3 ਮਹੀਨਿਆਂ ਦੀ ਠੀਕ ਹੈ ਆਸ ਹੋਈ ਹੈ ਤੁਸੀਂ ਬਹੁਤ ਸੋਹਣੀ ਬੱਕਰੀ ਹੈਗੀ ਆ ਇਹਦਾ ਰੇਟ ਕੀ ਅੰਕਲ ਇਹਦਾ 22,000 ਰੁਪਇਆ ਜੀ 22,000 ਰੁਪਇਆ ਰੇਟ ਹੈ ਜੇ ਕਿਸੇ ਬਾਈ ਨੇ ਲੈਣੀ ਹੋਵੇ ਤਾਂ ਨੰਬਰ ਡਿਸਪਲੇ ਤੇ ਤਾਂ ਹੈਗਾ ਅੰਕਲ ਦਾ ਕੰਟੈਕਟ ਕਰ ਸਕਦਾ ਤੇ ਆਹ ਦੂਜੀ ਹੈ ਸਹੀ ਹੈ ਮਗਰ ਪਾਠਾ ਹੈ ਇਹਦੇ ਮਗਰ ਪਾਠਾ ਨਾ ਗੱਬਣਾ 2 ਮਹੀਨਿਆਂ ਦੀ ਸੂਈ ਵੀ ਹੈ ਸੂਈ ਹੈ ਨਾਲੇ ਪਾਠਾ ਮਗਰ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ ਹੋ ਗਏ 4 ਮਹੀਨੇ ਜੀ ਠੀਕ ਹੈ ਫਿਰ ਤਾਂ ਬੱਚਾ ਵੀ ਤਕੜਾ ਹੋਣਾ ਤਕੜਾ ਪਾਠਾ ਜੀ ਉਹ ਗੱਡੀ 'ਚ ਖੜੀ ਕਾਲੀ ਠੀਕ ਹੈ ਬਹੁਤ ਸੋਹਣੀ ਬੈਠੀ ਹੈ ਹਾਂਜੀ ਮਗਰ ਪਾਠਾ ਜੀ ਤੇ ਆਹ ਤੀਜਾ ਇਹ ਵੀ ਸੂਈ ਹੈ ਮਗਰ ਬੱਕਰਾ ਬੀਤਲ ਬਹੁਤ ਸੋਹਣਾ ਠੀਕ ਹੈ ਇੱਕ ਬੱਚਾ ਬੱਚੇ ਗੱਡੀ 'ਚ ਕੱਢ ਲਵਾਂਗੇ ਕਿੰਨੇ ਟਾਈਮ ਦੀ ਸੂਈ ਹੈਗੀ ਇਹ ਥੋੜੇ ਦਿਨ ਦੀ 10 ਦਿਨਾਂ ਦੀ ਹੈ ਠੀਕ ਹੈ ਬੱਚੀ ਹੁਣ ਦੁੱਧ ਵਾਲੀ ਹੈਗੀ ਹਾਂ ਦੁੱਧ ਵਾਲੀ ਬਹੁਤ ਚੰਗਾ ਲੇਵਾ ਇਹਦੇ ਥਲੇ 2 ਬੱਚੇ ਠੀਕ ਹੈ ਇਹਦਾ ਕੀ ਰੇਟ ਆ ਇਹਦਾ 25,000 25,000 ਰੁਪਇਆ ਤੇ ਆਹ ਇਹਦੇ 2 ਬੱਚੇ ਜੀ 2 ਬੱਚੇ ਤਾਜੀ ਜਵਾਂ ਸੂਈ ਸੂਈ ਤਾਜੀ ਹੈ ਤਾਜੀ ਜਵਾਂ 2 ਬੱਚੇ ਦੇ ਇਹਦੇ 2 ਹੈਗੇ ਆ ਕਾਲੀ ਦੇ ਠੀਕ ਹੈ ਦੇਖ ਸਕਦੇ ਹੋ ਤੁਸੀਂ ਬੱਕਰੀਆਂ ਬਹੁਤ ਸੋਹਣੀਆਂ ਆਈਆਂ ਬਣ ਲੈ ਸਾਰੀਆਂ ਸੁਈਆਂ ਹੈ ਜੇ ਕਿਸੇ ਨੇ ਲੈਣੀਆਂ ਤਾਂ ਕੰਟੈਕਟ ਕਰ ਸਕਦਾ ਹੈਗਾ ਅੰਕਲ ਨਾਲ ਅਗਾਂ ਪਾਠਕ ਦੁੰਦੀ ਹੈ ਆ ਵੀ ਸੂਈ ਹੋਈ ਹੈਗੀ ਹਾਂ ਆ ਵੀ ਸੂਈ ਹੈ ਇਹਦੇ ਥੱਲੇ ਕਿੰਨੇ ਬੱਚੇ 2 ਬੱਚੇ ਆ ਜੀ ਠੀਕ ਹੈ ਇਹਦਾ ਕੀ ਰੇਟ ਆ 25,000 ਦੇਖ ਸਕਦੇ ਹੈਗੇ ਬਹੁਤ ਸੋਹਣੀ ਬੱਕਰੀ ਹੈ ਕਿੰਨੇ ਦੰਦ ਹੋ ਗਏ ਇਹ ਜਵਾਨ ਆ ਜੀ ਤੀਜਾ ਸੂਆ 8 ਦੰਦ ਹੀ ਹੈ ਹਾਂਜੀ ਆਹ ਸੂਈ ਹੈ ਬੱਕਰਾ ਇਹਦੇ ਮਗਰ ਕਹਿਰਾ ਠੀਕ ਹੈ ਹੁਣੀ ਸੂਈ ਹੈਗੀ ਹਾਂ ਦੂਜਾ ਸੂਆ 5-4 ਦਿਨ ਹੋਏ ਸੀ ਠੀਕ ਹੈ ਸੋਹਣਾ ਹੈਗਾ ਬੱਚਾ ਇਹਦੇ ਬੱਚਾ ਬਹੁਤ ਸੋਹਣਾ ਹੈਗਾ ਕਹਿਰਾ ਹੈਗਾ ਜਮਾ ਕਹਿਰਾ ਜਮਾ ਕਹਿਰਾ ਆਹ ਪਾਠਾ ਜੀ ਆਹ ਪਾਠਾ ਪਹਿਲੇ ਸੂਆ ਜੀ ਖੀਰੀ ਹੈ ਜੀ ਸੂਣ ਵਾਲੀ ਹੈ ਚੌਥਾ ਮਹੀਨਾ ਇਹਨੂੰ ਖਤਮ ਹੋ ਗਿਆ ਜੀ 5ਵਾਂ ਲੱਗ ਪਿਆ ਇਹਦਾ ਕੀ ਰੇਟ ਆ ਇਹਦਾ ਜੀ 25,000 ਰੁਪਇਆ ਬਹੁਤ ਸੋਹਣੀ ਪਾਠਾ ਜੀ ਦੇਖ ਸਕਦੇ ਤੁਸੀਂ ਖੀਰੀ ਪਾਠਾ ਜੀ ਵੇਖੋ ਤੁਸੀਂ ਹਾਂਜੀ ਹੁਣ ਦੋ ਦੰਦ ਚੱਕੇ ਦੋ ਦੰਦ ਹੋਈ ਹੈਗੀ ਇਹਦੇ ਪੱਖ ਬਹੁਤ ਸੋਹਣੀ ਪਾਠਾ ਜੀ ਜੇ ਕਿਸੇ ਬੰਦੇ ਨੇ ਕੰਮ ਕਰਨਾ ਬੀਟਲ ਤੇ ਪਿਓਰ ਬੀਟਲ ਨਾਲ ਲੈ ਸਕਦਾ ਹੈਗਾ ਉਹ ਵੀ ਆਪਣੀ ਇਹ ਵੀ ਆਪਣੀ ਇਹ ਕਿਵੇਂ ਆ ਆ ਸੂਈ ਹੈ ਤਿਆਰ ਆ ਬਸ 5-4 ਦਿਨ ਲਊ ਠੀਕ ਹੈ ਇਹ ਹੌਲੇ ਪਾ ਦੀ ਇਹ 18,000 ਦੀ ਠੀਕ ਹੈ ਆ ਮਾਵਾਂ ਤੀਆਂ ਬਹੁਤ ਚੰਗਾ ਦੁੱਧ ਦੇ ਜੀ ਬਣਾਉਂਦੇ ਨੇ ਬਣਾਵਾਂ ਆਹ ਕਿਵੇਂ ਇਹ ਸੂਈ ਆ ਪਾਠਾ ਮਗਰ ਜੀ ਹਾਂ ਮਾਵਾਂ ਤੀਆਂ ਆਈਆਂ ਮਾਵਾਂ ਤੀਆਂ ਜੀ ਕਿੰਨੇ ਟਾਈਮ ਦੀ ਹੋ ਗਈ ਇਹ 2.5 ਮਹੀਨੇ ਦੀ ਹੋ ਗਈ ਜੀ ਠੀਕ ਹੈ ਦੂਰੀ ਆ ਗੱਬਨ ਤਾਂ ਨਹੀਂ ਹੋਈ ਨਹੀਂ ਹੋਈ ਜੀ ਇਹਦਾ ਕੀ ਰੇਟ ਅੰਕਲ ਇਹਦਾ 25,000 ਜੀ ਦੋਨਾਂ ਦਾ ਠੀਕ ਹੈ ਜੇ ਕਿਸੇ ਨੇ ਲੈਣੀ ਹੈ ਤਾਂ ਅੰਕਲ ਨਾਲ ਕਨੈਕਟ ਕਰ ਸਕਦਾ ਬੱਚੇ ਵਿਖਾਓ ਮੜੇ ਦੋ ਦੰਦ ਆ ਜੀ ਠੀਕ ਹੈ ਬੱਚਾ ਗੱਡੀ ਜਿਹੜੇ ਆਪਣੇ ਹੋ ਖੜੇ ਹੋ ਤੇ ਮੜੇ ਕੈਮਰਾ ਮੈਨ ਬੇਨਤੀ ਆ ਬਈ ਕੈਮਰਾ ਮਾਰ ਦੇ ਤੇ ਆ ਬਰਬਰਾ ਵੀ ਆਪਣਾ ਇਹ ਵੀ ਅੱਗੇ ਆ ਗਿਆ ਆਪਣਾ ਹੀ ਆ ਬੱਚੇ ਸਾਰੇ ਕਿੰਨੇ ਆ ਗਏ ਇਹ ਇਹ 6 ਆ ਜੀ ਆ ਇਹ ਸ਼ੇਰੀ ਦਾ ਉਹ ਕਾਲੀ ਦਾ ਆ ਵੀ ਕਾਲੀ ਦਾ ਆ 2 ਉਹਦੇ ਕਾਲੀ ਦੇ ਗਏ ਤੀਜੇ ਮਗਰ ਇੱਕ ਇੱਕ ਨਾ ਵਧਣਾ ਜੇ ਕਿਸੇ ਬਾਈ ਨੇ ਜਾਨਵਰ ਲੈਣੇ ਹੈਗੇ ਤਾਂ ਅੰਕਲ ਨਾਲ ਸੰਪਰਕ ਕਰ ਸਕਦੇ ਹੈ ਨੰਬਰ ਲਾ ਲਾ ਨੰਬਰ ਬੋਲੇ ਮੜਾ ਬੱਕਰਾ ਸੇਲ ਹੋ ਗਿਆ ਜੀ ਇਹ ਦੇਤਾ 16,000 ਦਾ 16,000 ਰੁਪਏ ਦਾ ਸੇਲ ਹੋ ਗਿਆ ਜੀ ਦੇਖ ਸਕਦੇ ਹੋ ਕ੍ਰਿਸ਼ਨ ਸਿੰਘ ਛੱਤਿਆਣਾ ਹਾਂ ਅੰਕਲ ਦਾ ਨੰਬਰ ਹੈਗਾ 85,459,11,225 ਜੇ ਕਿਸੇ ਬਾਈ ਨੇ ਕੋਈ ਵੀ ਜਾਨਵਰ ਲੈਣਾ ਹੋਇਆ ਅੰਕਲ ਨਾਲ ਸੰਪਰਕ ਕਰ ਸਕਦਾ ਹੈਗਾ ਜੋ ਜੀ ਮਰਜ਼ੀ ਬੱਕਰੀ ਘਰੇ ਖੜੀਆਂ ਜੀ ਆਪਣੇ ਕੋਲ ਬਹੁਤ ਸਰੇ ਦੀਆਂ ਹਾਂ ਜੋ ਜੀ ਮਰਜ਼ੀ ਲਵੇ ਜੇ ਕਿਸੇ ਨੇ ਕੋਈ ਵੀ ਜਾਨਵਰ ਲੈਣਾ ਤਾਂ ਅੰਕਲ ਨਾਲ ਸੰਪਰਕ ਵੀ ਚੰਗੀ ਇੱਦੋਂ ਵੀ ਚੰਗੀਆਂ ਕੁਆਲਿਟੀਆਂ ਬਹੁਤ ਮਿਲ ਜਾ ਸਕਦੀਆਂ ਮੈਂ ਹਰਪ੍ਰੀਤ ਸਿੰਘ ਤੇ ਕੈਮਰਾਮੈਨ ਗੋੜ ਸਿੰਘ ਦੇ ਨਾਲ
ਧੰਨਵਾਦ।